ਸ਼ੁਰੂ ਹੋਇਆ ਪਾਰਸਲ ਸੀਗਾ ਉਹਨਾਂ ਦਾ ਪਹਿਲਾ ਦਿਨ ਸੀ ਜੀ ਸੋ ਵਰਡੀ ਸਾਹਿਬ ਆਏ ਉਹਨਾਂ ਨੇ ਐਡਰੈਸ ਕੀਤਾ ਸ਼ੋਕ ਸਮਾਚਾਰ ਪੜਿਆ ਦੈਨ ਕਈ ਜਿਹੜੇ ਨੇ ਪਾਸ ਕੀਤੇ ਨੇ ਇਟਸ ਅ ਗੁੱਡ ਥਿੰਗ ਕਿ ਸਾਲ ਦਾ ਪਹਿਲਾ ਸੈਸ਼ਨ ਕੱਲ੍ਹ ਤੋਂ ਟ੍ਰੇਨਿੰਗ ਸ਼ੁਰੂ ਹੋਈ ਅਤੇ ਕਿਹੜੇ ਕਿਹੜੇ ਖਾਸ ਮੁੱਦੇ ਰਹਿਣਗੇ ਸੈਸ਼ਨ ਦੇ ਵਿੱਚ ਗਵਰਨਮੈਂਟ ਵੱਲੋਂ ਨਹੀਂ ਕੋਈ ਖਾਸ ਮੁੱਦੇ ਨਹੀਂ ਆਪਣਾ ਨੈਕਸਟ ਹੁਣ ਕੱਲ੍ਹ ਤੇ ਪਰਸੋਂ ਸਾਡੇ ਸ਼ੋਅ ਨੇ ਜੀ ਟ੍ਰੇਨਿੰਗ ਸੈਸ਼ਨ ਸੋ ਕਈ ਵਿਧਾਇਕ ਜਿਹੜੇ ਨੇ ਮੇਰੇ ਵਰਗੇ ਜਿਹੜੇ ਨਵੇਂ ਨੇ ਪਰ ਕਾਫੀ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਉਹਦੇ ਕਰਕੇ ਟ੍ਰੇਨਿੰਗ ਸੈਸ਼ਨ ਤੁਹਾਨੂੰ ਲੱਗਦਾ ਕਿ ਜਿਹੜੀ ਓਪੋਜੀਸ਼ਨ ਪਾਰਟੀ ਐਨ ਆਰ ਸੀ ਅਤੇ ਸੀ ਏ ਅਤੇ ਕੋਈ ਵਿਰੋਧ ਕਰੇਗੀ ਉਹਦੇ ਬਾਰੇ ਕੀ ਸੋਚ ਰੱਖਿਆ ਗਵਰਨਮੈਂਟ ਮੁੱਦਾ ਚੱਕਣ ਦਾ ਕੋਈ ਵੀ ਚੱਕ ਲਓ ਪਰ ਪ੍ਰੈਕਟੀਕਲੀ ਜਿਹੜੀ ਆ ਉਹ ਆਫਟਰ ਆਲ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਸੀ ਏ ਦੇ ਵਿੱਚ ਜਿਹੜੇ ਆਊਟ ਆਫ ਇੰਡੀਆ ਪੀੜਿਤ ਨੇ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਐਵੇਂ ਦੀ ਕੰਟਰੀਆਂ ਵਿੱਚ ਜਿਹੜੇ ਉੱਥੇ ਜਾ ਕੇ ਜਿਨ੍ਹਾਂ ਨੂੰ ਧੱਕੇ ਨਾਲ ਉਹਨਾਂ ਦਾ ਧਰਮ ਚੇਂਜ ਕੀਤਾ ਜਾਂਦਾ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਉਹਨਾਂ ਬੰਦਿਆਂ ਦੀ ਸਪੋਰਟ ਕਰ ਰਹੇ ਉਹਨਾਂ ਫੈਮਿਲੀ ਦੀ ਸਪੋਰਟ ਕਰ ਰਹੇ ਸੋ ਮੇਰੇ ਹਿਸਾਬ ਨਾਲ ਇਹਨੂੰ ਪੋਲੀਟੀਕਲ ਲੈਵਲ 'ਤੇ ਨਾ ਲੈ ਕੇ ਹੁਣ ਇੱਕ ਇਨਸਾਨੀਅਤ ਦੇ ਲੈਵਲ 'ਤੇ ਤੁਹਾਨੂੰ ਲੱਗਦਾ ਕਿ ਸਾਡੇ ਇੰਡੀਅਨ ਜਿਹੜੇ ਇੰਡੀਅਨ ਲੋਕ ਨੇ ਉਹਨਾਂ ਨੂੰ ਕੋਈ ਇਸ ਦੇ ਬਾਰੇ ਕੋਈ ਦਿੱਕਤ ਨਹੀਂ ਹੈ ਜਿਨ੍ਹਾਂ ਨੂੰ ਪਤਾ ਉਹ ਬੋਲ ਨਹੀਂ ਮਿਲੇ ਕੁਛ ਪਰਸੈਂਟ ਨੇ ਜਿਹਨਾਂ ਨੂੰ ਪਤਾ ਵੀ ਨਹੀਂ ਉਹ ਸਿਰਫ ਪਾਰਟੀਬਾਜ਼ੀ ਕਰਕੇ ਬੋਲਦੇ ਨੇ ਪਰ ਦਿੱਲੀ ਜੇ ਐਨ ਯੂ 'ਚ ਕਾਫੀ ਮਾਹੌਲ ਪੱਕਿਆ ਹੋਇਆ ਉਹ ਤਾਂ ਜੀ ਉਹ ਅਸੀਂ ਤੁਹਾਨੂੰ ਦੱਸ ਰਹੇ ਜੀ ਇਨਸਾਨੀ ਦੇ ਨਾਤੇ ਸੋਚ ਕੇ ਹੈ ਸਪੋਰਟ ਲਈ ਆ ਨਾ ਕਿ ਕਿਸੇ ਦੇ ਵਿਰੋਧ ਥੈਂਕ ਯੂ ਸਰ